ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ? ਤੇ ਆ ਗਏ ਆਪਾਂ ਟੁੰਨੀ ਟੁੰਨੇ ਨਾਲ। ਤੇ ਟੁੰਨੀ ਟੁੰਨੀ ਦਾ ਮੈਂ ਵੇਖਿਆ ਵਲੌਗ, ਕਹਿੰਦੇ ਜੀ ਹੋ ਗਿਆ, ਪਤਾ ਨਹੀਂ ਕਹਿੰਦੇ ਬੜੀ ਵੱਡੀ ਗਲਤੀ ਹੋ ਗਈ, ਮਨੀ ਵੇਸਟ ਹੋ ਗਈ ਹੈ। ਆਓ ਭਾਬੀ ਜੀ ਦੀ ਸਪੋਰਟ ਕਰੀਏ, ਉਹ ਵੀ ਲਿਖਿਆ ਉਹਨੇ ਸਪੋਰਟ, ਕੀਪ ਸਪੋਰਟ। ਆਓ ਭਾਬੀ ਜੀ ਸਪੋਰਟ ਕਰੀਏ, ਪੈਸੇ ਵਾਪਸ ਲਿਆਈਏ ਯਾਰ, ਭਾਬੀ ਜੀ ਬੜੇ ਪੈਸੇ ਵੇਸਟ ਕੀਤੇ। ਓ ਹੋ, ਆਓ ਚੈੱਕ ਕਰੀਏ ਇਹਨਾਂ ਦਾ ਵਲੌਗ। ਇੰਨਾ ਬੋਰਿੰਗ ਹੈ ਨਾ, ਇੰਨਾ ਬੋਰਿੰਗ ਆ, ਇੱਧਰ ਨੀਂਦ ਆਉਣ ਲੱਗ ਪਈ ਆ। ਕੋਈ ਫਾਇਦਾ ਨਹੀਂ, ਨਾ ਹੀ ਉਹ ਚੰਗਾ। ਸਟਾਰਟਿੰਗ 'ਚ ਟੁੰਨਾ ਗੋਦੀ ਬੱਲੇ ਤੁਹਾਡੇ, ਹਜੇ ਤੇ ਆਪਾਂ ਆਏ ਹੀ ਆ ਸਾਰੇ ਵੇਖਣ। ਚਲੋ ਚੈੱਕ ਕਰੀਏ ਅੱਗੋ ਵਲੌਗ ਇਹਨਾਂ ਦਾ। ਵੇਸਟ ਹੋ ਮਨੀ ਆ, ਨਾ ਹੀ ਉਹ ਚੰਗਾ ਜੇ, ਬਾਰ ਬਾਰ ਮੈਂ ਇੱਕੋ ਗੱਲ ਕਹਿ ਰਿਹਾ, ਕਿਉਂਕਿ ਸਾਡੇ ਪੈਸੇ ਵੇਸਟ ਹੋ ਗਏ ਆ। ਆਪਾਂ ਆਹ ਵਾਲੀ ਰਾਈਡ, ਐਵੇਂ ਲੱਗਦਾ ਜਿਵੇਂ ਟੁੰਨੇ ਨੇ ਪੈਗ ਲਾਇਆ ਹੋਵੇ। ਲੱਗਣ ਡਿਆ ਨਾ, ਲੱਗਣ ਡਿਆ ਟੰਨਾ ਪੈਗ ਵਾਲਾ। ਉਧਰ ਤੱਕ ਜਾਣੀ ਆ, ਉਹ ਉਧਰ ਤੱਕ ਸਮਾਂ ਚਲਾਈ ਜਾ ਰਹੀ ਹੈ। ਉਹ ਘੜੀ ਲਾਉਣ ਦੀ ਖਤਰਨਾਕ ਤੇ ਐਂਜਲ ਵੀ ਆ ਗਈ ਆ। ਆ ਵੇਖੋ ਇਹ ਮਾਸਾ ਨਹੀਂ ਡਰਦੀ। ਚਲ ਹੋਣਾ ਫੇਰ ਗਿਆ ਰਹਿਣਾ ਦੋ ਦਿਨ ਹੋਰ, ਕੱਲ ਸ਼ਿਫਟ ਆ। ਸਾਰੇ ਮੂੰਹ ਮਚਾਏ ਪਏ ਉਹਦੇ ਵੀ ਇਹਦੇ ਵੀ। ਥੰਬਨੇਲ ਤੋਂ ਪਤਾ ਲੱਗ ਗਿਆ ਤੁਸੀਂ ਪੈਸੇ ਵੇਸਟ ਕਰਨ ਚੱਲੇ ਹੋ, ਤੇ ਪੈਸੇ ਵੇਸਟ ਕਰਕੇ ਆਓ। ਆਪੀ ਲਿਖਿਆ ਉੱਤੇ ਪੈਸੇ ਵੇਸਟ ਕਰਨ ਚੱਲੇ, ਵੇਸਟ ਹੋ ਗਏ ਥੰਬਨੇਲ ਤੇ, ਬਹੁਤ ਵੱਡੀ ਗਲਤੀ ਹੋ ਗਈ। ਮੈਨੂੰ ਲੱਗਾ ਪਤਾ ਨਹੀਂ ਇੰਨਾ ਕੀ ਹੋ ਗਿਆ। ਛੋਟੀ ਜੀ ਮਾਰਕੀਟ ਆ ਤੇ ਕੱਪੜੇ ਵਗੈਰਾ ਵੀ ਹੈਗੇ ਆ, ਤੇ ਆਪਾਂ ਬਸ ਇੱਦਾਂ ਹੀ ਦੇਖਣ ਲੱਗ ਗਏ ਸੀ ਕਿ ਕੋਈ ਸੋਹਣੀ ਜਿਹੀ ਚੀਜ਼ ਵੇਖੇ। ਤਾਂ ਇਲਿਊਮੀਨੇਰੀਅਮ ਇੱਥੇ ਆਣਾ ਸੀਗਾ ਆਪਾਂ, ਇੱਧਰੋਂ ਦੀ ਟਿਕਟਸ ਮਿਲਣੀਆਂ ਸ਼ਾਇਦ। ਤੁਹਾਨੂੰ ਨਹੀਂ ਨਾ ਕੁਛ ਪਸੰਦ ਆਇਆ? ਮੈਨੂੰ ਦੋ ਕੈਪ ਪਸੰਦ ਆਈਆਂ ਸੀ, ਮੈਨੂੰ ਭਾਜੀ ਨੇ ਲਿਆਤੀਆਂ। ਮੈਂ ਤੁਹਾਨੂੰ ਦਿਖਾਵਾਂ, ਬਹੁਤ ਕਿਊਟ ਆ, ਆ ਫੜੋ। ਓਲੋ ਕੈਪਾਂ, ਕੈਪ ਬੜੀਆਂ ਕਿਊਟ ਆ। ਇਹ ਕੀ ਬਿੱਲੀਆਂ ਲਈਆਂ ਜੀ, ਜਿੱਦਾਂ ਪਹਿਲਾਂ ਬਿੱਲੀ ਲਈ ਇਹਨੇ? ਮੰਮੀ ਵੀ ਬੜੀਆ, ਉੱਥੇ ਠੰਡ ਆ। ਬਹੁਤ ਕਿਊਟ ਕੈਪ, ਚਲੋ ਬਹੁਤ ਸੋਹਣੀ। ਬਹੁਤ ਖਰਚਾ ਕਰਦੀ ਏ ਮਾਮਾ, ਵਲੌਗ ਚੈਨਲ ਵੀ ਉਹਦੇ ਸਿਰ ਤੋਂ ਚੱਲਦੇ ਆ। ਜੇ ਕਮਾਉਂਦੀ ਆ ਤੇ ਖਾਂਦੀ ਆ ਨਾ, ਵਲੌਗ ਵੀ ਉਹਦੇ ਸਿਰ ਤੋਂ ਚੱਲਦੇ ਆ। ਜੇ ਨਾ ਉਹ ਆਏ ਨਾ ਵਲੌਗ ਬਣਾਏ, ਤੇ ਤੂੰ ਤੇ ਮੈਂ ਕਹਿੰਦਾ ਵੇਂਦਾ ਹੀ ਰਵੇ, ਦਿਹਾੜੀਆਂ ਲਾਉਣੀਆਂ ਤੂੰ ਕਨੇਡਾ ਦੇ। ਉਹ ਕੱਚਾ ਕਰਦੀ ਹੁਣ ਬਸ ਆਪਾਂ ਟਿਕਟਾਂ ਲੈ ਲਈਆਂ ਵਾ, ਹੁਣ ਆਪਾਂ ਚੱਲੇ ਆ ਅੰਦਰ। ਤੁਹਾਨੂੰ ਵੀ ਬਹਾਨੇ ਦਾ ਵਲੌਗ ਨਾਲ ਜੁੜੇ ਰਹੀ ਹੋ ਬਸ। ਸੋ ਹੁਣ ਆਪਾਂ ਹਾਂ ਸੁਦੇ ਨੇ, ਆਉਂ ਲੱਗਦਾ ਬੜਾ ਨਸ਼ਾ ਕੀਤਾ ਹੁੰਦਾ। ਬਹਾਨੇ ਆ ਵਲੌਗ ਨਾਲ ਜੁੜੇ ਰਹੇ ਆ, ਕੁਝ ਖਾਧਾ ਜਿਵੇਂ ਲੱਗਦਾ। ਚਲੋ ਕਰਨ ਲੱਗੇ ਆਪਾਂ ਤੇ ਐਂਜਲ ਵੇਖਣਾ ਹੈ। 6:30 ਦੀ ਟਿਕਟਸ ਮਿਲਿਆ ਸੀ, 6:30 ਹੋ ਗਏ ਆ ਤੇ ਹੁਣ ਸ਼ੋਅ ਹੋਊਗਾ ਸਟਾਰਟ। ਚਲੋ ਕੀ ਹੋ ਗਿਆ, ਡਰ ਗਈ ਹੈ? ਚਲੋ ਚਲੋ ਚਲੋ, ਕੁਛ ਨਹੀਂ ਗਾ, ਕੁਛ ਨਹੀਂ ਗਾਇਆ ਜਾਂਦਾ। ਮੈਂ ਜਾਂਦਾ, ਮੈਂ ਜਾਂਦਾ ਜਲਦੀ ਚੋਈ। ਕੀ ਹੈ ਇਹ? ਹੈਲੋ, ਸਪੇਸ ਬਣਾਈ ਹੈ, ਸਿਪਲੀਕਰ ਸਪੇਸ। ਸਪੇਸ ਬਣਾਈ ਆ ਕਿ ਜਿੱਦਾਂ ਤੁਹਾਨੂੰ ਲੱਗੇ ਅਸੀਂ ਸਪੇਸ ਚੱਲੇ, ਉਦੋਂ ਦਾ ਬਣਾਇਆ ਸਪੇਸ ਹੈ ਨਾ ਉੱਦਾਂ ਹੀ। ਓਕੇ, ਉਹ ਧਿਆਨ ਨਾ ਟੁੰਨੀ ਨੂੰ ਫੜ ਕੇ ਰੱਖਿਓ, ਉੱਡ ਨਾ ਜਾਏ ਉਹ ਟੁੰਨੀ।
ਫੀਸ ਹੈ ਬਹੁਤ ਵਧੀਆ ਹੈ। ਸਾਰਿਆਂ ਨਾਲ ਇੱਕ ਚੀਜ਼ ਸ਼ੇਅਰ ਕਰਨ ਵਾਲੀ ਸੀ, ਅਗਰ ਆਪਾਂ ਗੱਲ ਕਰੀਏ ਪੰਜਾਬੀ ਇੰਡਸਟਰੀ ਦੀ, ਬਹੁਤ ਹੀ ਜ਼ਬਰਦਸਤ ਮੂਵੀ ਆਉਣ ਵਾਲੀ ਹੈ ਜ਼ਿੰਦਗੀ ਜ਼ਿੰਦਾਬਾਦ। ਓ ਯਾਰ ਬਈ ਸੋਲਿਡ ਦੇਣਾ ਯਾਰ, ਬਹੁਤ ਵਧੀਆ ਮੂਵੀ ਹੈ, ਮੈਂ ਵੀ ਵੇਖਣਾ ਹੈ। ਵਧੀਆ ਰਾਤ ਹੈ, ਜਮਾ ਬਲੈਕ ਆਊਟ ਹੋਇਆ ਪਿਆ ਯਾਰ, ਕੀ ਗੱਲ ਹੈ। ਖੰਡਰ 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 ਮਿੱਤਰੋ, ਖੰਡਰ ਖੰਡਰ ਖੰਡਰ। ਇਸ ਮੂਵੀ ਚ ਨਿੰਜਾ ਐਂਡ ਮੈਂਡੀ ਤੱਕਰ ਦੋਨੋਂ ਹੀ ਹੈਗੇ ਆ, ਤਾਂ ਦੋਨਾਂ ਉਹ ਭਰਾ ਧੱਕੜ ਧੱਕੜ ਨੀ ਕਹਿੰਦੀ ਮੈਂਡੀ ਧੱਕੜ, ਚਲੋ ਧੱਕੜ ਦੇ ਧੱਕੜ ਹੁੰਦਾ ਬੜਾ ਤੇਜ਼ ਆ ਬੰਦਾ, ਮੈਂਡੀ ਧੱਕੜ ਕਹਿੰਦੀ। ਇਸ ਮੂਵੀ 'ਚ ਕੀ ਗਿਆ ਧੱਕੜ ਹੀ ਸੁਣਿਆ, ਮੈਂਡੀ ਧੱਕੜ ਬਿਨਾ ਹੱਥ ਲੈ ਵੀ ਦੱਸ ਸਕਦਾ ਬੰਦਾ ਕਿ ਏਦਾਂ ਕੀ ਜ਼ਿਆਦਾ ਐਕਸ਼ਨ ਮਾਰਕ ਦੱਸਣੀ ਹੈ ਇਸ ਮੂਵੀ 'ਚ, ਮਜ਼ਾ ਵੀ ਮਿਲੇਗਾ ਇਸ ਮੂਵੀ 'ਚ, ਐਵੇਂ ਹੋਏਗਾ ਏਦਾਂ ਵੀ ਦੱਸਦੇ ਇਸ ਮੂਵੀ 'ਚ ਮਜ਼ਾ ਵੀ ਹੈ, ਕਮੇਡੀ ਵੀ ਆ, ਤੁਸੀਂ ਇਹ ਮੂਵੀ ਜਾ ਕੇ ਦੇਖੋ, ਇੱਕ ਹੱਥ ਨਾ ਕਹਿ ਦੇ ਡਰਾਮਾ ਐਕਟਿੰਗ ਸਸਪੈਂਸ ਜਿਵੇਂ ਤੂੰ ਕਰਦੀ ਹੈ। ਸਾਨੂੰ ਇਹ ਵੀ ਸਿੱਖਣ ਨੂੰ ਮਿਲਦਾ ਕਿ ਕਿਵੇਂ ਕਿ ਪੋਲੀਟੀਸ਼ੀਅਨਸ ਆਪਣੇ ਮਤਲਬ ਵਾਸਤੇ ਕਿਸੇ ਨੂੰ ਯੂਜ਼ ਕਰ ਸਕਦੇ ਆ, ਤੇ ਅਗਰ ਉਹਨੂੰ ਕੋਈ ਮਤਲਬ ਨਹੀਂ ਹੈਗਾ ਤਾਂ ਕਿਵੇਂ ਉਹਦੇ ਨਾਲ ਬਦਲਾ ਲੈ ਸਕਦੇ ਆ, ਉਹਨੂੰ ਡਿਸਟਰੋਏ ਕਰ ਸਕਦੇ ਆ। ਕੀ ਰੱਖਿਆ ਬਾਬੇ ਲੜਾਈਆਂ 'ਚ, ਕੋਈ ਪਿਆਰ ਮੁਹੱਬਤ ਇਸ਼ਕ ਦੀ ਗੱਲ ਕਰੋ। ਆਪਣੀ ਮੂਵੀ ਲੈ ਕੇ ਜ਼ਿੰਦਗੀ ਜ਼ਿੰਦਾਬਾਦ, ਜਿਹਦੇ ਵਿੱਚ ਨਿੰਜਾ ਮੈਂਡੀ ਟੱਕਰ ਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਮੈਂਡੀ ਟੱਕਰ ਧੱਕੜ ਧੱਕੜ ਮੈਂਡੀ ਧੱਕੜ ਪਹਿਲੀ ਗੱਲ ਜਿਹੜੇ ਕੈਨੇਡਾ ਰਹਿੰਦੇ ਉਹ ਏਦਾਂ ਵਿਹਲੇ ਥੋੜੀ ਆ, ਉਹ ਤੇ ਕੰਮਾਂ ਕਾਰਾਂ ਤੇ ਬਿਜ਼ੀ ਆ, ਖੋਮ ਖਾਣਾ ਤੇ ਬਿਜ਼ੀ ਆ ਜਿਹੜੇ ਕੈਨੇਡਾ ਵਾਲੇ ਆ। ਤੁਸੀਂ ਵਿਹਲੇ ਹੋ, ਤੁਹਾਨੂੰ ਵਲੌਗ ਬਣਾਉਣਾ ਵਾ ਬਸ, ਤੁਸੀਂ ਤੁਹਾਡੇ ਦਾ ਮਕਸਦ ਹੈ ਵਲੌਗ ਬਣਾਉਣਾ, ਅਤੇ ਕਿਤੇ ਚਲ ਗਏ ਉੱਥੇ ਨਹੀਂ ਕੋਈ ਵਧੀਆ ਲੱਗੀ, ਨਾ ਆਇਓ, ਮਨੀ ਵੇਸਟ ਹੈ, ਉਹਨਾਂ ਦਾ ਕੰਮ ਕਿਉਂ ਖਰਾਬ ਕਰਨ ਲਈ ਜੇ, ਮਨੀ ਵੇਸਟ ਹੈਗੀ ਆ ਯਾਰ, ਕੀ ਵੇਸਟ ਆ, ਵਧੀਆ ਵੇਖਣ ਨੂੰ ਬਹੁਤ ਵਧੀਆ ਯਾਰ, ਇੱਦਾਂ ਦੀਆਂ ਚੀਜ਼ਾਂ ਨਹੀਂ ਹੁੰਦਾ ਇਸ ਕਰਕੇ ਵੇਸਟ ਆਫ ਮਨੀ ਆ ਨਾ। ਹੂੰ ਐਵੇਂ ਕੀ ਆ, ਆਹ ਤੁਸੀਂ ਦੇਖੋ ਕਮਰੇ ਨੂੰ ਉਹਨਾਂ ਨੇ ਬੰਦ ਕੀਤਾ ਹੈ, ਬਿੱਲੀਆਂ ਵਾਲਾ ਇਹਨੂੰ ਬਿੱਲੀਆਂ ਬੁੱਲੀਆਂ ਵਿਖਾ ਕੋਈ, ਇੱਥੇ ਲੈ ਕੇ ਜਾ ਚਿੜੀਆ ਘਰ, ਇਹਨੇ ਉੱਥੇ ਖੁਸ਼ ਰਹਿਣਾ ਵਾ, ਇੱਥੇ ਲੈ ਆਇਆ ਭੈਣ, ਆਹ ਕੀ ਲੈ ਕੇ ਆਇਆ, ਲੈਟਾਂ ਲੁਟਾਂ ਵਿਖਾਈ ਜਾਂਦੇ, ਦੇਖੋ ਕਮਰੇ ਵਿਖਾਈ ਜਾਂਦੇ ਆ, ਕੋਈ ਫਾਇਦਾ ਨਹੀਂ ਗਾ, ਵੇਸਟ ਹੋ ਜਾਣੀ ਆ, ਨਾ ਹੀ ਆਈ ਹੋ ਜਗਾ, ਇਹ ਇੰਨਾ ਬੋਰਿੰਗ ਹੈ ਨਾ, ਇੰਨਾ ਬੋਰਿੰਗ ਆ, ਇੱਧਰ ਨਹੀਂ ਪੋਲ ਬੋਰਿੰਗ ਆ, ਉੱਥੇ ਗਣਾ ਲਵਾ ਸਿੱਧੂ ਮੂਸੇ ਵਾਲੇ ਦਾ, ਵੇਖੀ ਸੈੱਟ ਹੋ ਜਾਣਾ ਕੰਮ ਦਾ, ਚੰਗਾ ਜੇ ਬਾਰ ਬਾਰ ਮੈਂ ਇੱਕੋ ਗੱਲ ਕਹਿ ਰਿਹਾ, ਕਿਉਂਕਿ ਤੁਹਾਡੇ ਪੈਸੇ ਵੇਸਟ ਹੋ ਗਏ ਆ, ਪੂਰੇ ਕਰ ਲੈਣੇ, ਕੋਈ ਨਾ ਹੁੰਦਾ ਰਹਿੰਦਾ ਇਹ ਚੀਜ਼ਾਂ, ਜੋ ਸਾਨੂੰ ਚੀਜ਼ ਨਹੀਂ ਵਧੀਆ ਲੱਗੀ ਆਪਾਂ ਤੁਹਾਨੂੰ ਦੱਸਤਾ, ਏਂਜਲ ਨੂੰ ਵਿਖਾ ਕੇ ਅਸੀਂ ਪੂਰੇ ਕਰ ਲੈਣੇ ਆ, ਪੈਸੇ ਕਿੱਥੇ ਵੇਸਟ ਹੋ ਗਏ ਆ, ਐ ਮੈਂ ਮੈਕਡੀ ਤੋਂ ਹੀ ਲੈ ਲਿਆ ਸੀਗਾ ਖਾਣ ਨੂੰ, ਜੂਨੀਅਰ ਬਰਗਰਸ ਤੇ ਫ੍ਰਾਈਜ਼, ਤੇ ਕਿਸੇ ਦਾ ਆਪਾਂ ਡਾਊਨ ਟਾਊਨ ਘੁੰਮਣੇ ਆ, ਮੈਂ ਸੋਚਿਆ ਕਿ ਆਪਾਂ ਸਕੁਅਰ 1 ਮਾਲ ਜਾਣਾ ਵਾ, ਬਟ ਆਪਾਂ ਪਤਾ ਨਹੀਂ ਕਦੋਂ ਪਹੁੰਚਣਾ,
ਜੇ ਆਪਾਂ ਪਹੁੰਚੇ ਪਤਾ ਨਹੀਂ ਬੰਦ ਨਾ ਹੋ ਜੇ ਕਿਤੇ ਯਾਰ ਕੀ ਆ ਅੱਜ ਦਾ ਦਿਨ ਸਾਡਾ ਤਾਂ ਇਦਾਂ ਹੀ ਗਿਆ ਵੀ ਇਸ ਜਾਈ ਫ੍ਰਿਕ ਗੱਲਾਂ ਚੋਈ ਜੀ ਖਾਂਦੀ ਹੀ ਰਹਿੰਦੀ ਜਦੋਂ ਵੇਖਦੇ ਇਹਨੂੰ ਫਰੈਂਚ ਫਰਾਈਆਂ ਬਰਗਰ ਜਦੋਂ ਵੇਖੋ ਮੂੰਹ 'ਚ ਕੁਝ ਨਾ ਕੁਝ ਹੁੰਦਾ ਇਹਦੇ ਉਹਨੇ ਹੁਣ ਲਫਾਫਾ ਫੜਿਆ ਪਹਿਲਾਂ ਪਹਿਲਾਂ ਖਾ ਲਿਆ ਤੇਰੀ ਫਿਰ ਸੀ ਆ ਗਏ ਸੀਗੇ ਇੱਥੇ ਹੈਲੋਵੀਨ ਕਰਕੇ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਆ ਓਏ ਹੋ ਦੀ ਨੈਕਸਟ ਡੇ ਅਕਸਟੇ ਅਗਲੇ ਦਿਨ ਆ ਗਏ ਆਪਣੇ ਡਰਿੰਕਸ ਆ ਗਿਆ ਡੇ ਡਰਿੰਕ ਇਹ ਮੀਡੀਅਮ ਹੈ ਕਿ ਮੀਡੀਅਮ ਆ ਉਹਨਾਂ ਦੀ ਆ ਮੇਰੀ ਛੋਟੀ ਜੀ ਫੜੋ ਚੋਈ ਛੋਟੀ ਜੀ ਅੱਗੇ ਉਹਨੂੰ ਮੀਡੀਅਮ ਦਿਆ ਕਰੋ ਐਡਾ ਵੱਡਾ ਗਲਾ ਫੜਾ ਦੇਣ ਨੂੰ ਲਿਆ ਤਾ ਜਾ ਗੱਡੀ ਚਲਾਉਂਦੀ ਆ ਸਾਹਮਣੇ ਪੜ੍ਹੇ ਲਿਖੇ ਗਵਾਰ ਤੁਸੀਂ ਪਹਿਲਾਂ ਥੋੜੀ ਸਰਚ ਮਾਰ ਲੋ ਗੂਗਲ ਤੇ ਕਿ ਹਾਂ ਵੀ ਟੈਂਪਰੇਚਰ ਕਿੱਦਾਂ ਦਾ ਅੰਦਰ ਦਾ ਨਹੀਂ ਉਹ ਗਰਮੀ ਉੱਥੇ ਕੱਪੜੇ ਦੀ ਲੈ ਕੇ ਕੱਪੜੇ ਪਾਏ ਕਿੱਥੇ ਤੂੰ ਪਹਿਲਾਂ ਇਹ ਦੱਸ ਪਹਿਲਾਂ ਕੱਪੜੇ ਚੈੱਕ ਕਰਿਓ ਕੱਪੜੇ ਪਾਏ ਤੇ ਨਹੀਂ ਇਹਨਾਂ ਨੇ ਕਿਹੜੇ ਪਾਏ ਠੰਡਾ ਉੱਥੇ ਉਹ ਰਿਹਾ ਸਟਾਰਬਕ ਬਿਨਾ ਨਾ ਪਾ ਗਏ ਲੱਗ ਗਿਆ ਥੱਲੋ ਲੈ ਲਓ ਕੋਈ ਖਾਸ ਨਹੀਂ ਆ ਹਾਂ ਕੱਪ ਕਿੱਥੇ ਖੜੇ ਆ ਇਹ ਸਾਰਾ ਨਾ ਹੈਲੋਵੀਨ ਦੀ ਇਹਨਾਂ ਨੇ ਡੈਕੋਰੇਸ਼ਨ ਕੀਤੀ ਹੋਈ ਆ ਮੈਨੂੰ ਤਾਂ ਇੰਨੀ ਐਕਸਾਈਟਮੈਂਟ ਆ ਨਾ ਹੈਲੋਵੀਨ ਦੀ ਕਿਉਂਕਿ ਮੇਰੀ ਫਰਸਟ ਹੈਲੋਵੀਨ ਹੈ ਇੱਥੇ ਇਹਨਾਂ ਦੀ ਵੀ ਤੇ ਬਹੁਤ ਜ਼ਿਆਦਾ ਨਾ ਜਗ੍ਹਾ ਜਗ੍ਹਾ ਡੈਕੋਰੇਸ਼ਨ ਕੀਤੀ ਹੋਈ ਆ ਹੈਲੋਵੀਨ ਦੀ ਉਹ ਆ ਕੀ ਹਾਂ ਉਹ ਵੀ ਗੇਮ ਹੈਗੀ ਆ ਚੈਸ ਆ ਸ਼ੋ ਲਾਇਆ ਕਰੋ ਗੋਲ ਗੋਲ ਘੁੰਮ ਕੇ ਬੜੇ ਪੈਸੇ ਇਕੱਠੇ ਹੋਏ ਨੇ ਤੁਹਾਨੂੰ ਟੁੰਨੀ ਟੁੰਨਾ ਜੋ ਕਿੱਡੀ ਵੱਡੀ ਚੈਸ ਚੈਸ ਕੰਪੀਟੀਸ਼ਨ ਹੁੰਦਾ ਪਿਆ ਭਾਜ ਜੀ ਤੇ ਸ਼ਿਵ ਜੀ ਤੇ ਆ ਸਾਰੀਆਂ ਐਕਟੀਵਿਟੀਜ਼ ਹੈਗੀਆਂ ਵਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਡਿਸਾਈਡ ਕਰਦੇ ਪਏ ਆ ਕਿ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਕਰਨੀਆਂ ਤੇ ਚਲੋ ਦੇਖਦੇ ਆ ਫਿਰ ਪਹਿਲਾਂ ਆਪਾਂ ਟਿਕਟਸ ਲੈ ਲਈਏ ਅੱਗੇ ਜਾ ਕੇ ਐਕਟੀਵਿਟੀ ਸੈਂਟਰਲ ਮਤਲਬ ਆਫਿਸ ਜਿਹਾ ਬਣਿਆ ਹੋਇਆ ਉਧਰੋਂ ਦੀ ਸਾਨੂੰ ਟਿਕਟਸ ਮਿਲਣਗੇ ਆਪਾਂ ਉਧਰੋਂ ਦੀ ਟਿਕਟਸ ਲੈਣੇ ਕੀ ਹਿਸਾਬ ਆ ਫਿਰ ਆਪਾਂ ਦੇਖਦੇ ਕਿਹੜੀ ਕਿਹੜੀ ਐਕਟੀਵਿਟੀ ਕਰਨੀ ਆ ਲੋ ਜੀ ਇਧਰੋਂ ਹੀ ਸਾਨੂੰ ਟਿਕਟਸ ਮਿਲਣਗੀਆਂ ਤੇ ਚੱਲਦੇ ਆ 9:30 ਤੱਕ ਅੱਜ ਕੀ ਹੈਗਾ ਵੈਡਨਸਡੇ ਅੱਜ ਤੇ 9 ਤੱਕ ਚੱਲ ਆਪਾਂ ਪਹਿਲਾਂ ਨਿਕਲਣਾ 8 ਵਜੇ ਆਪਾਂ ਏਅਰਪੋਰਟ ਅੱਛਾ ਚਲੋ ਚਲੀਏ ਕੀ ਕਰਦੀ ਮੂੰਹ ਦੇ ਵਿੱਚ ਕੋਲੀ ਭਲਾਈ ਹੁੰਦੀ ਰਾਤੀ ਸਾਡੀ ਫਲਾਈਟ ਆ
ਜਿਹੜੀ ਮਰਜ਼ੀ ਚੀਜ਼ ਆ ਹਾਏ ਮੈਨੂੰ ਕਿਊਟ ਜਿਹਾ ਲੱਭਾ, ਹਾਏ ਮੈਨੂੰ ਕਿਊਟ ਜਿਹਾ ਮਿਲਿਆ ਸੀ, ਜਿਹੜੀ ਮਰਜ਼ੀ ਚੀਜ਼ ਕਿਊਟ ਹੁੰਦੀ ਆ। ਹੁਣ ਆਪਾਂ ਚੱਲਦੇ ਆ ਵਾਪਸ, ਬਾਏ ਬਾਏ। ਮੈਂ ਆਪਾਂ ਬਲੂ ਮਾਊਂਟੇਨ ਤੋਂ ਨਹੀਂ ਚੱਲੇ ਹਾਲੇ, ਆਪਾਂ ਐਕਟੀਵਿਟੀਜ਼ ਕਰਨੀਆਂ। ਹੁਣ ਆਪਾਂ ਤਾਂ ਵਿਊ ਦਿਖਾਵਾਂਗੇ। ਚੈੱਕ ਕੀਤਾ ਭਾਈ, ਬਹੁਤ ਵਧੀਆ ਆ। ਡੇਂਜਰ, ਹੁਣ ਖਤਰਨਾਕ ਲੱਗਦਾ ਪਿਆ ਜਦੋਂ ਆਪਾਂ ਥੱਲੇ ਜਾ ਰਹੇ ਆ ਨਾ। ਇਧਰੋਂ ਦੀ ਪੂਰਾ ਵਿਲੇਜ ਦੇਖਦਾ, ਵਿਊ ਬਹੁਤ ਘੈਂਟ ਆ ਯਾਰ। ਓਕੇ ਰਿਪੋਰਟ, ਬਸ ਆਪਾਂ ਪਹੁੰਚਣ ਦੀ ਵਲੇ। ਵਧੀਆ ਲੱਗਾ ਨਾ? ਹੂੰ, ਬਹੁਤ ਵਧੀਆ ਘੈਂਟ ਵਿਊ। ਹਾਂ, ਕਰ ਲਈ ਸਾਨੂੰ ਡੀਕ ਰੀਆਂ, ਕੱਲ ਜਾਵਾਂਗੇ। ਹੂੰ, ਹਾਂ ਕੀ ਦੜੀ ਲਾਉਣ ਲੱਗੀ ਹੁੰਦੀ ਨਾ, ਉਹ ਸੜਕਾਂ ਤੇ ਪਾਉਂਦੇ ਨਾ, ਮਨ ਨੂੰ ਪਾਏ ਹੁੰਦੇ ਆ ਉਦਾਂ ਦਾ ਹੋ ਗਿਆ। ਉਹ ਉੱਤੇ ਲੈਂਟਰ ਪੈਣਾ ਬਾਏ। ਹੂੰ, ਨਾ ਕੁਛ ਬਹੁਤ ਐਕਟੀਵਿਟੀਜ਼ ਹੈਗੀਆਂ ਵਾ, ਕੋਈ ਨਹੀਂ ਕੀਤੀ, ਸਿਰਫ ਦੋ ਹੀ ਕੀਤੀਆਂ ਵਾ। ਹੋਣੀ ਵੀ ਨਹੀਂ ਦਰਗੋਂ, ਜਿੰਨਾ ਤੋਂ ਮੋਟਾ ਹੋ ਗਿਆ। ਲੋ ਜੀ, ਐਂਜਲ ਵੀ ਆ ਗਈ ਆ। ਓ ਹਾਂ, ਵੇਖੋ ਇੱਥੇ, ਇਹ ਮਾਸਾ ਨਹੀਂ ਡਰਦੀ। ਹੈ ਉਹ ਤੁਸੀਂ ਜੀ ਵੇਖਿਆ ਤਾਂ ਕੀ ਫਿਰ ਭਾਈ, ਪਿੱਛੇ ਰਹਿ ਗਏ। ਮੈਂ ਬੜੀ ਮੁਸ਼ਕਿਲਾਂ ਫਲਾਈਟ ਮਿਲੀ। ਭੱਜ ਕੇ ਫੜੀ, 10 $500 ਤੇ ਪੈਂਦੀ ਸੀ। ਅੱਛਾ, 3 hours later ਪਹੁੰਚ ਗਈ? ਨਹੀਂ, ਹਜੇ ਉੱਥੇ ਹੀ ਆ। ਪਹੁੰਚ ਗਏ, ਉਹਨੂੰ ਕੈਮਰਾ ਕਰਕੇ ਉਹਦੇ ਯਾਰ ਪਹੁੰਚ ਗਏ, ਉਹ ਵੀ ਕਰ ਦੇਗਾ ਉੱਥੇ। ਤੁਸੀਂ ਬੰਦਾ ਕੁਛ 3 hours later ਬਾਅਦ ਪਹੁੰਚਣਾ ਹੀ ਹੋ ਜਿੱਥੇ ਤੁਸੀਂ ਇਹਦੀ ਲੈ ਆ ਜਹਾਜ਼ ਦੀ ਟਿਕਟ। ਕਹੋ ਫਾਈਨਲੀ ਅਸੀਂ ਪਹੁੰਚ ਗਏ ਸਵੇਰੇ, ਪਹਿਲਾਂ ਮੈਂ ਜਾਣਾ। 12 ਵੱਜ ਗਏ, ਅੱਜ ਹੀ ਹੋ ਗਿਆ ਹੁਣ। ਕਿੱਥੇ ਸਵੇਰੇ? ਮੇਰੀ 7:30 ਵਜੇ ਸ਼ਿਫਟ ਹੈਗੀ ਆ, ਮੈਂ ਜਾਣਾ ਪਹਿਲਾਂ। ਉਹ ਦਿਹਾੜੀ ਲਾਉਣ ਜਾਣਾ ਸਵੇਰੇ। ਹਾਂ, ਲੱਗਦਾ ਖੁਸ਼ੀ ਖੁਸ਼ੀ ਗਏ ਸੀ, ਖੁਸ਼ੀ ਬਸ ਵਲੌਗ ਬਣਾ ਕੇ ਮਿਲਦੀ ਹੈ ਨਾ, ਉੱਥੋਂ ਈਜ਼ੀ ਆ। ਕਹਾਂ ਵੀ ਏਂਜਲ ਨੂੰ ਵਿਖਾ ਲਿਆ ਤੇ ਪੈਸੇ ਆ ਜਾਂਦੇ ਈਜ਼ੀ। ਇਹ ਚੋਖਾ ਕੰਮ ਭਾਈ ਦਾ ਹਨਾ, ਚਲੋ ਉਹ ਔਖਾ ਸ਼ਿਫਟਾਂ ਲਾਉਣੀਆਂ। ਕੱਟਾਂਗੇ ਟੂਰ ਬੇਚਾਰੀ ਰਸੋਈ ਚ ਲੱਗੇ ਰਹਿੰਦੇ, ਇਹਨੂੰ ਕੋਈ ਘੁਮਾਉਣ ਵਾਲਾ ਜਾਂ ਨਹੀਂ? ਸਨੇਹਾ ਜੀ ਗਗਨ, ਸਨੇਹਾ ਜੀ ਗਗਨ ਅੱਗੋਂ ਨੀ ਕਹਿਣਾ, ਉਹਨੂੰ ਚੇਤੇ ਆ ਜਾਣਾ। ਧੱਕਾ ਹੋ ਗਿਆ ਸੀ ਕਹਿੰਦੇ, ਤੇ ਪੈਸੇ ਵੇਸਟ ਹੋ ਗਏ, ਆਪਾਂ ਪੂਰੇ ਕਰਾ ਦਿੱਤੇ। ਸੋ ਇਹ ਵੀਡੀਓ ਕਿਤੇ ਲੱਗੀ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਤੇ ਅਗਲੀ ਵੀਡੀਓ ਜਲਦੀ ਬਣਾਓਗੇ। ਬਾਏ।